ਤੁਸੀਂ ਸਹੀ ਪੁੱਛੋ ਨਾ, ਅੱਜ ਦਾ ਮੈਚ ਸ਼ਹੀਨ ਸ਼ਾਹ ਅਫਰੀਦੀ ਨੇ ਸਹੀ ਹਰਾਇਆ, ਨਸੀਮ ਸ਼ਾਹ ਨੇ ਸਹੀ ਹਰਾਇਆ, ਵਸੀਮ ਜੁਲੀਅਨ ਨੇ। ਇਹਨਾਂ ਨੇ ਇੰਨਾ ਹੀ ਤਾਂ ਛਿੱਤਰ ਸਾਧਾ ਨਾ, ਜੋ ਹਿਸਾਬ ਨਹੀਂ ਹੁਣ ਵਾਮ ਚੰਦੀ ਹੋਵੇ, ਇਹਨਾਂ ਨੂੰ ਇੰਨਾ ਨੂੰ ਛਿੱਤਰ ਫੇਰੇ ਨਾ, ਇਹਨਾਂ ਨੂੰ ਯਾਦ ਆਵੇ। ਮੈਂ ਅੱਜ ਆਪਣੇ 1000 ਰੁਪਏ ਦੀ ਦਿਹਾੜੀ ਛਾਤਰੇ ਦੇ ਨਾਲ ਮੈਚ ਦੇਖਿਆ ਜੀ, ਸਾਡੇ ਪਾਕਿਸਤਾਨ ਦਾ ਮੈਚ ਆ। ਉਹਦੇ ਬਾਵਜੂਦ ਇਹਨਾਂ ਇਹ ਆਹ ਪਰਫੋਰਮੈਂਸ ਵਹਾਉਂਦੇ ਆ, 3-3 ਲੱਖ ਰੁਪਇਆ ਤਨਖਾਹਾਂ ਲੈਂਦੇ। ਉਹ ਸਾਦਾ ਨਹੀਂ ਮੁੱਲ ਮੋੜ ਨਾ, ਜਿਹੜੀ ਸਟੇਡੀਅਮ 'ਚ ਆਮ ਮੈਚ ਦੇਖਣ ਆਉਂਦੀ ਹੈ, ਅਤੇ ਦਿਨਾਂ ਲੈ ਰਹੇ 10-10 ਹਜ਼ਾਰ ਦੀ, 15-15 ਹਜ਼ਾਰ ਦੀ, ਉਹਨਾਂ ਦੀ ਇੱਜ਼ਤ ਰੱਖ ਲਿਆ ਕਰੋ ਥੋੜ੍ਹੀ ਬਹੁਤੀ। ਨਸੀਮ ਸ਼ਾਹ ਫਰੀਦੀ ਦੀ ਜਿੱਥੇ ਸਾਨੂੰ ਲੋੜ ਸੀ ਉੱਥੇ ਰਹਿੰਦਾ, ਮੇਰੀ ਲੱਤ ਲੰਦਰੀ ਹੋ ਰਹੀ। ਉਹ ਨਸੀਮ ਸ਼ਾਹ ਨੇ ਵਾਈਟ ਸਿੱਤ ਸਿੱਤ 'ਤੇ ਐਟਸ ਰਾਸ ਤੋਲ ਜਿਹੜਾ 5 ਵਾਈਟ ਸਿੱਤ 'ਤੇ ਪਵਾਇਆ, ਉਹਦੀ ਵਜ੍ਹਾ ਤੋਂ ਮੈਚ ਹਾਰੇ। ਉਹ ਵਸੀਮ ਜੂਨੀਅਰ ਨੇ ਜਿਹੜਾ 6 ਬਾਲਾਂ ਨੇ 20 ਸਕੋਰ ਖਾਧਾ, ਉਹਦੀ ਵਜ੍ਹਾ ਤੋਂ ਮੈਚ ਹਾਰੇ। ਉਹ ਇਫਤਰਾਜ ਚਾਚਾ ਜਿਹਨੇ ਤੁਹਾਡੀ ਓਵਰ ਤਰਾਇਆ ਨਹੀਂ, ਉਹਨੇ 1 ਓਵਰ 'ਚ 15 ਖਾਧਾ, ਉਹਦੀ ਵਜ੍ਹਾ ਤੋਂ ਮੈਚ ਹਾਰੇ ਅੱਜ ਦਾ ਇੰਗਲੈਂਡ ਤੋਂ।